ਨਾਲਾ ਦੀ ਤਪਾ ਮੰਡੀ ਤੋਂ ਸਾਹਮਣੇ ਆਇਆ ਚੋਰੀ ਦਾ ਇਹ ਮਾਮਲਾ ਜਿੱਥੇ ਚੋਰਾਂ ਨੇ ਹੁਣ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ। ਸੋ ਪੀੜਿਤ ਕਿਸਾਨਾਂ ਨੇ ਦੱਸਿਆ ਹੈ ਕਿ ਲੰਗੀ ਰਾਤ ਨੂੰ ਚੋਰਾਂ ਨੇ ਨੇੜਲੇ 17 ਖੇਤਾਂ ਦੀਆਂ ਮੋਟਰਾਂ ਦੇ ਵਿੱਚੋਂ ਬਿਜਲੀ ਦੀਆਂ ਮਹਿੰਗੀਆਂ ਕੇਬਲ ਤਾਰਾਂ ਹੀ ਚੋਰੀ ਕਰ ਲਈਆਂ ਨੇ। ਜਦ ਉਹ ਸਵੇਰੇ ਆਪਣੇ ਖੇਤਾਂ ਦੇ ਵਿੱਚ ਆਏ ਤਾਂ ਉਹਨਾਂ ਨੂੰ ਹੋਈ ਚੋਰੀ ਦੀ ਘਟਨਾ ਦਾ ਪਤਾ ਲੱਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਨੂੰ ਪਾਣੀ ਲਾਉਣਾ ਸੀ ਪਰ ਚੋਰਾਂ ਦੇ ਵੱਲੋਂ ਉਹਨਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਹੀ ਚੋਰੀ ਕਰ ਲਈਆਂ ਗਈਆਂ ਹਨ। ਸੋ ਕਿਸਾਨਾਂ ਨੇ ਸ਼ੱਕ ਜਤਾਉਂਦੇ ਹੋਏ ਕਿਹਾ ਹੈ ਕਿ 17 ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰਨਾ ਇੱਕ ਵੱਡੇ ਗੈਂਗ ਦਾ ਕੰਮ ਹੋ ਸਕਦਾ ਹੈ। ਜੋ ਕੇਬਲ ਤਾਰਾਂ ਚੋਰੀ ਕਰਨ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮਾਮਲੇ ਸੰਬੰਧੀ ਕਿਸਾਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ। ਚੜ੍ਹਦੀ ਸਵੇਰ ਹੀ ਇੱਕ ਦੁਖਦਾਈ ਖਬਰ ਹੈ ਜੋ ਕਿਸਾਨਾਂ ਪ੍ਰਤੀ ਹੈ। ਜੋ ਕਿਸਾਨ ਨੇ ਵਾਹਣ ਠੇਕੇ 'ਤੇ 70-70 ਹਜ਼ਾਰ ਨੂੰ ਲਏ ਹੋਏ ਨੇ ਜੀ, ਉਹਨਾਂ ਨੂੰ ਆਹ ਕੇਬਲ ਚੋਰ ਨਹੀਂ ਟਿਕਣ ਦੇ ਰਹੇ। ਚੜ੍ਹਦੇ ਦਿਨੇ ਹੀ ਨਵੀਂ ਤੋਂ ਨਵੀਂ ਖਬਰ ਮਿਲਦੀ ਹੈ ਵੀ ਫਲਾਨੇ ਦੀ ਮੋਟਰ ਚੋਰੀ ਹੋ ਗਈ, ਫਲਾਨੇ ਦੀ ਹੋ ਗਈ ਕੇਬਲ ਚੋਰੀ ਹੋ ਗਈ। 17 ਮੋਟਰਾਂ ਦੀਆਂ ਕੇਬਲਾਂ ਇੱਥੋਂ ਚੋਰੀ ਹੋ ਚੁੱਕੀਆਂ ਨੇ ਜੀ, ਜਿਹੜਾ ਕਿ ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਪੁਲਿਸ ਕੋਲ ਇੱਕ ਰਿਪੋਰਟ ਲਿਖਾਈ ਸੀ ਅਤੇ ਉਦੋਂ ਕੁਛ ਨਾ ਕੁਛ ਟਿਕਾ ਰਿਹਾ। ਪਰ ਹੁਣ ਕਿਸਾਨ ਆ ਜਿਹੜੇ ਬਹੁਤ ਹੀ ਤੰਗ ਪਰੇਸ਼ਾਨ ਨੇ, ਨਾ ਤਾਂ ਆਪਣੇ ਖੇਤ ਦੇ ਵਿੱਚ ਰਾਤ ਨੂੰ ਕੋਈ ਗੇੜਾ ਮਾਰ ਸਕਦੇ ਨੇ ਕਿਉਂ ਉਹਨਾਂ ਕੋਲ ਮਾਰੂ ਹਥਿਆਰ ਵੀ ਹੁੰਦੇ ਨੇ। ਅਗਰ ਜੇ ਕਿਸਾਨ ਉਹਨਾਂ ਨੂੰ ਫੜ ਲੈਂਦਾ ਹੈ, ਕੁੱਟਮਾਰ ਕਰਦਾ ਤਾਂ ਪ੍ਰਸ਼ਾਸਨ ਚੱਕ ਕੇ ਪਰਚਾ ਜਿਹੜਾ ਕਿਸਾਨ 'ਤੇ ਦੇ ਦਿੰਦਾ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਨਾਕੇ ਵਧਾਏ ਜਾਣ। ਜੀ ਕੱਲ੍ਹ ਜੋ ਕਿ 12 ਵਜੇ ਲਾਈਟ ਚੱਲੀ ਸੀ, ਇਦੋਂ ਬਾਅਦ 'ਚ ਅਸੀਂ ਜਦੋਂ ਸਵੇਰੇ ਆ ਕੇ ਦੇਖਿਆ ਅਤੇ ਸਾਡੀਆਂ 17 ਦੀਆਂ 17 ਮੋਟਰਾਂ 'ਤੇ ਕੇਬਲ ਚੋਰੀ ਹੋ ਚੁੱਕੀ ਸੀ ਅਤੇ ਨਾਲ ਹੋਰ ਵੀ ਜਿਵੇਂ ਢੋਲੀਆਂ ਵਗੈਰਾ ਵੀ ਕੋਈ ਚੋਰੀਆਂ ਕੀਤੀਆਂ ਇਹਨਾਂ ਨੇ ਅਤੇ ਸਾਡਾ ਇਹ 'ਚ ਬਹੁਤ ਜ਼ਿਆਦਾ ਨੁਕਸਾਨ ਕੀਤਾ। ਅਤੇ ਇਸ 'ਤੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਨੂੰ ਵੀ ਇਹਨਾਂ ਮਾੜੇ ਅੰਸਰਾਂ 'ਤੇ ਨੱਥ ਪਾਈ ਜਾਵੇ ਅਤੇ ਸਾਨੂੰ ਇਹਨਾਂ ਤੋਂ ਰਾਹਤ ਦਵਾਈ ਜਾਵੇ। ਬੀਤੀ ਰਾਤ ਕਿਸਾਨਾਂ ਦੀਆਂ ਮੋਟਰਾਂ ਤੋਂ ਕੋਈ ਨਾਮਲੂਮ ਵਿਅਕਤੀਆਂ ਵੱਲੋਂ ਜਿਹੜੀਆਂ ਕੇਬਲ ਤਾਰਾਂ ਕਿਸੇ ਕਿਸਾਨ ਦੀ 30 ਫੁੱਟ ਆ, 40 ਆ, ਕਿਸੇ ਦੀ ਵੱਧ ਵੀ ਆ, ਇਹ ਕਿਸੇ ਨਾਮਲੂਮ ਵਿਅਕਤੀਆਂ ਨੇ ਜਿਹੜੀ ਚੋਰੀ ਕੀਤੀ ਆ। ਇਹ ਸਾਨੂੰ ਇਤਲਾਹ ਮਿਲੀ ਹੈ, ਮੈਂ ਸਾਰੀਆਂ ਮੋਟਰਾਂ ਤੋਂ ਮੌਕਾ ਦੇਖਿਆ, ਇਸ ਦੀ ਪੜਤਾਲ ਕਰਕੇ ਇਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਵੇਗੀ।